ਬਠਿੰਡਾ ਦੇ ਮਾਡਲ ਟਾਊਨ ਵਿਖੇ ਅੱਜ ਫਿਰ ਚੱਲਿਆ ਪੁੱਡਾ ਦਾ ਪੀਲਾ ਪੰਜਾ। ਲਗਾਏ ਗਏ ਪੁੱਡਾ ਅਧਿਕਾਰੀਆਂ 'ਤੇ ਪੈਸੇ ਲੈਣ ਦੇ ਦੋਸ਼। ਦੱਸ ਦਈਏ ਕਿ ਪੁੱਡਾ ਵੱਲੋਂ ਅੱਜ ਨਜਾਇਜ਼ ਕੀਤੇ ਗਏ ਲੋਕਾਂ ਵੱਲੋਂ ਕਬਜ਼ਿਆਂ ਨੂੰ ਹਟਾਉਣ ਦੇ ਲਈ ਅੱਜ ਜੇ ਸੀ ਵੀ ਮਸ਼ੀਨਾਂ ਦਾ ਸਹਾਰਾ ਲੈ ਕੇ ਵੱਡੀ ਪੁਲਿਸ ਫੋਰਸ ਦੇ ਨਾਲ ਇਹਨਾਂ ਨੂੰ ਹਟਾਇਆ ਗਿਆ। ਇਸ ਮੌਕੇ ਪੁੱਡਾ ਦੇ ਉੱਤੇ ਲੋਕਾਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਇਹਨਾਂ ਵੱਲੋਂ ਕੁਝ ਸਿਆਸੀ ਸਹਿਤੇ ਜਾਂ ਕੁਝ ਲੋਕਾਂ ਤੋਂ ਪੈਸੇ ਲੈ ਕੇ ਕੁਝ ਲੋਕਾਂ ਦੇ ਇਹ ਨਜਾਇਜ਼ ਕਬਜ਼ੇ ਛੱਡੇ ਜਾ ਰਹੇ ਹਨ ਅਤੇ ਕੁਝ ਲੋਕਾਂ ਦੇ ਇਹ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ਪੁੱਡਾ ਦੇ ਅਧਿਕਾਰੀ ਨੇ ਦੱਸਿਆ ਕਿ ਸਾਡੇ ਵੱਲੋਂ ਉਹਨਾਂ ਨੂੰ ਬਕਾਇਦਾ ਤੌਰ 'ਤੇ ਪ੍ਰੋਪਰ ਨੋਟਿਸ ਭੇਜੇ ਗਏ ਸਨ ਅਤੇ ਇਹਨਾਂ ਨੂੰ ਬਕਾਇਦਾ ਬਣਾਇਆ ਗਿਆ ਸੀ। ਜਿਹੜੇ ਵਿਅਕਤੀਆਂ ਨੇ ਸਾਡੀ ਗੱਲ ਸੁਣਨ ਦੇ ਲਈ ਆਏ ਸਾਡੇ ਵੱਲੋਂ ਉਹ ਕਬਜ਼ੇ 'ਚ ਹਟਾਏ ਜਾ ਰਹੇ ਹਨ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਮਾਡਲ ਟਾਊਨ ਦੀਆਂ, ਜਿੱਥੇ ਪੁੱਡਾ ਵੱਲੋਂ ਅੱਜ ਪੀਲਾ ਪੰਜਾ ਚਲਾਇਆ ਗਿਆ, ਨਜਾਇਜ਼ ਕਬਜ਼ੇ ਹਟਾਏ ਗਏ ਨੇ ਅਤੇ ਇਹਨਾਂ 'ਤੇ ਪੈਸੇ ਲੈਣ ਦੇ ਵੀ ਕੁਝ ਵਿਅਕਤੀਆਂ ਵੱਲੋਂ ਦੋਸ਼ ਲਗਾਏ ਗਏ ਨੇ। ਇਹਨਾਂ ਦਾ ਕਿਹਾ ਕਿ ਕੁਛ ਵਿਅਕਤੀਆਂ ਨੂੰ ਪੈਸੇ ਲੈ ਕੇ ਛੱਡਿਆ ਜਾ ਰਿਹਾ ਹੈ। ਸਰ, ਬਿਲਕੁਲ ਭੇਦਭਾਵ ਕੀਤਾ ਗਿਆ ਸਰਕਾਰ ਦੇ ਵੱਲੋਂ। ਵੈਸੇ ਸਾਨੂੰ ਇਹ ਉਮੀਦ ਸੀਗੀ ਕਿ ਇਹ ਸਰਕਾਰ ਆਈ ਹੈ ਤਾਂ ਪਾਰਸ਼ਲ ਬਿਹੇਵੀਅਰ ਨਹੀਂ ਹੋਏਗਾ, ਪਰ ਉਹ ਚੀਜ਼ ਖਤਮ ਨਹੀਂ ਹੋ ਰਹੀ ਹੈ। ਅਤੇ ਅਸੀਂ, ਤੁਸੀਂ ਖੁਦ ਦੇਖੋਗੇ ਇਸ ਗਲੀ ਵਿੱਚ ਕਿੰਨੇ ਘਰ ਤੋੜਿਆ, ਅਸੀਂ ਰੋਕਣ ਦਾ ਪ੍ਰਯਾਸ ਕੀਤਾ, ਈਵਨ ਗੱਲ ਕਰਨ ਦਾ ਪ੍ਰਯਾਸ ਕੀਤਾ, ਗੱਲ ਵੀ ਨਹੀਂ ਕਰਦੇ, ਸੁਣਦੇ ਵੀ ਨਹੀਂ ਹੈਗੇ। ਫੋਰਸਫੁਲੀ ਇਹਨਾਂ ਨੇ ਪਿੱਛੇ ਕਰਕੇ ਤੋੜਿਆ ਹੈ, ਸਾਡਾ ਨੁਕਸਾਨ ਕੀਤਾ ਹੈਗਾ। ਫੇਜ਼ 1, 4, 2, 3 ਸਭ 'ਚ ਇਨਕਰੋਚਮੈਂਟ ਹੈ। ਕੋਈ ਸਾਡੇ ਇਕੱਲਿਆਂ ਦੀ ਤਾਂ ਇਨਕਰੋਚਮੈਂਟ ਹੈ ਨਹੀਂ, ਪਰ ਫਿਰ ਵੀ ਸਿਰਫ ਤੁਸੀਂ ਦੇਖੋਗੇ ਚੰਦ ਲੋਕਾਂ ਦਾ ਤੋੜਿਆ ਗਿਆ ਅਤੇ ਬਹੁਤ ਸਾਰੇ ਅਜੇ ਪਏ ਨੇ ਜਿਹਨਾਂ ਦਾ ਨਹੀਂ ਤੋੜਿਆ। ਇਸ ਗਲੀ 'ਚ ਵੀ ਤੁਸੀਂ ਦੇਖੋਗੇ ਤਾਂ ਬਹੁਤ ਜ਼ਿਆਦਾ ਨਹੀਂ ਕੀਤਾ ਸਭ ਦਾ। ਅਪਰੋਚ ਹੀ ਹੋਏਗਾ ਜਾਂ ਪੈਸਾ ਹੋਏਗਾ, ਦੋ ਹੀ ਚੀਜ਼ਾਂ ਹੋ ਸਕਦੀਆਂ ਨੇ। ਸਾਡੇ ਕੋਲ ਤਾਂ ਕੋਈ ਅਪਰੋਚ ਨਹੀਂ, ਅਸੀਂ ਜਨ ਸਾਧਾਰਨ ਆਦਮੀ ਹਾਂ ਅਤੇ ਨਾ ਹੀ ਸਾਡੇ ਕੋਲ ਪੈਸਾ ਦੇਣ ਨੂੰ, ਅਸੀਂ ਪੈਸਾ ਦੇ ਸਕਦੇ। ਅਸੀਂ ਇਹ ਮੰਗ ਕਰਦੇ ਹਾਂ ਕਿ ਠੀਕ ਹੈ, ਅਗਰ ਸਾਡਾ ਤੋੜਿਆ ਤਾਂ ਸਭ ਨਾਲ ਇਕੁਅਲ ਬਿਹੇਵੀਅਰ ਹੋਣਾ ਚਾਹੀਦਾ ਹੈਗਾ। ਅਸੀਂ ਵੀ ਸਮਾਜ 'ਚ ਰਹਿੰਦੇ, ਅਸੀਂ ਵੀ ਟੈਕਸ ਭਰਦੇ ਹਾਂ ਗੌਰਮੈਂਟ ਨੂੰ, ਅਸੀਂ ਵੀ ਟੈਕਸ ਦਿੰਦੇ ਹਾਂ ਤਾਂ ਸਾਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹਰ ਚੀਜ਼ ਦਾ। ਨਵੀਨ ਸ਼ਰਮਾ ਮੇਰਾ ਨਾਮ ਹੈ ਸਰ। ਸਰ, ਇਹ ਟੋਟਲ ਪਾਰਸ਼ੀਅਲ ਬਿਹੇਵੀਅਰ ਆ, ਜਿਹੜੀ ਪਾਰਟੀਆਂ ਨੇ ਪੈਸੇ ਦਿੱਤੇ ਉਹਨਾਂ 'ਤੇ ਕਾਰਵਾਈ ਨਹੀਂ ਕੀਤੀ, ਕਿਉਂਕਿ ਸਾਰੇ ਬਠਿੰਡੇ ਦੇ ਵਿੱਚ ਹੀ ਤੁਸੀਂ ਦੇਖੋਗੇ ਮੂਹਰਲੇ ਜਿਹੜੀ ਗ੍ਰੀਨ ਬੈਲਟ ਹੈ ਉੱਡਾ ਖੁਦ ਮੇਨਟੇਨ ਤਾਂ ਕਰਦਾ ਨਹੀਂ, ਜਿਹੜੇ ਲੋਕਾਂ ਨੇ ਖੁਦ ਮੇਨਟੇਨ ਕੀਤੀ ਹੋਈ ਹੈ ਅਤੇ ਉਹਨਾਂ ਨੂੰ ਅੱਜ ਇਹਨਾਂ ਨੇ ਕਾਰਵਾਈ ਕੀਤੀ ਹੈ। ਪਰ ਤੁਸੀਂ ਇਹ ਦੇਖ ਸਕਦੇ ਹੋ ਸਾਡੀ ਗਲੀ 'ਚ ਵੀ ਜਿਹੜੇ ਲੋਕਾਂ ਨੇ ਕੋਈ ਪੈਸੇ ਦਿੱਤੇ ਆ ਜਾਂ ਕੋਈ ਇਲੀਗਲ ਤਰੀਕੇ ਨਾਲ ਉਹਨਾਂ ਨੂੰ ਅਪਰੋਚ ਕੀਤਾ, ਉਹਨਾਂ 'ਤੇ ਕਾਰਵਾਈ ਨਹੀਂ ਕੀਤੀ। ਜਿਹੜੇ ਕੋਈ ਕਾਮਨ ਮੈਨ ਆ ਸਾਡੇ ਵਰਗੇ, ਉਹਨਾਂ 'ਤੇ ਸਿਰਫ ਕਾਰਵਾਈ ਕੀਤੀ। ਤੁਸੀਂ ਇਸ ਗਲੀ 'ਚ ਦੇਖ ਸਕਦੇ ਹੋ ਤਕਰੀਬਨ 6 ਜਾਂ 7 ਘਰ ਇਹੋ ਜਿਹੇ ਨੇ ਜਿਹਦੇ ਵਿੱਚ ਕਾਰਵਾਈ ਇਹਨਾਂ ਨੇ ਨਹੀਂ ਕੀਤੀ। ਹਾਂ, ਟੋਟਲ ਕਰਪਸ਼ਨ ਹੈ ਜੀ, ਜਿਹਨਾਂ ਨੇ ਪੈਸੇ ਦੇ ਦਿੱਤੇ ਜਾ ਕੇ ਪੁੱਡਾ ਵਾਲਿਆਂ ਨੂੰ ਬੀਡੀਐਲ, ਅਤੇ ਉਹ ਤਾਂ ਉਹਨਾਂ 'ਤੇ ਇਹਨਾਂ ਨੇ ਕਾਰਵਾਈ ਨਹੀਂ ਕੀਤੀ। ਸਰ, ਬੇਸਿਕਲੀ ਕੀ ਹੈ ਨਾ, ਉਰੇ ਜਾਨਵਰ ਢੱਠੇ ਕੁੱਤੇ ਜਾਂ ਹੋਰ ਇਹੋ ਜਿਹੇ ਅਨਕੰਟਰੋਲਡ ਜਾਨਵਰ ਆ ਜਾਂਦੇ ਸੀ, ਪੁੱਡਾ ਮੇਨਟੇਨ ਨਹੀਂ ਕਰਦਾ ਸੀ, ਤਾਂ ਕਰਕੇ ਇਹਨੂੰ ਮੇਨਟੇਨ ਕੀਤਾ ਗਿਆ ਸੀਗਾ, ਤਾਂ ਕਰਕੇ ਗ੍ਰੀਨ ਬੈਲਟ ਕੀਤੀ ਗਈ ਸੀਗੀ। ਕਿਉਂਕਿ ਹੁਣ ਜਿਵੇਂ ਦੇਖੋ ਇੱਥੇ ਖਾਲੀ ਆ, ਉੱਥੇ ਜਾਨਵਰ ਜ਼ਿਆਦਾ ਆਉਣ ਲੱਗ ਜਾਂਦੇ ਹੈਗੇ, ਤਾਂ ਕਿ ਉਹ ਫਿਰ ਨੁਕਸਾਨ ਕਰਦੇ ਛੋਟੇ ਬੱਚਿਆਂ ਨੂੰ, ਇਹੀ ਰੀਜ਼ਨ ਸੀ ਇਹਨੂੰ ਮੇਨਟੇਨ ਕੀਤਾ ਗਿਆ ਸੀ। ਇਹ ਬਠਿੰਡਾ ਸ਼ਹਿਰ 'ਚੋਂ ਜਿਹੜੀਆਂ ਇਨਕਰੋਚਮੈਂਟਸ ਹੋਈਆਂ ਨੇ ਸਰਕਾਰੀ ਥਾਵਾਂ 'ਤੇ, ਖਾਸ ਕਰ ਰੋਡਾਂ 'ਤੇ, ਉਹਨਾਂ ਨੂੰ ਹਟਾਉਣ ਦਾ ਅਭਿਆਨ ਚੱਲ ਰਿਹਾ। ਇਸ ਲਈ ਅਸੀਂ ਮਾਡਲ ਟਾਊਨ ਦੇ ਵਿੱਚ ਇਨਕਰੋਚਮੈਂਟ ਹਟਾ ਰਹੇ ਹਾਂ। ਇਸ ਤੋਂ ਇਲਾਵਾ ਸਾਡਾ ਰਿੰਗ ਰੋਡ, ਉਹਦੇ ਉੱਪਰ ਕੁਝ ਇਨਕਰੋਚਮੈਂਟ ਹੈ, ਉਹਨਾਂ ਨੂੰ ਹਟਾਉਣ ਦਾ ਅਭਿਆਨ ਆਪਾਂ ਚਲਾ ਰਹੇ ਹਾਂ। ਪ੍ਰੋਪਰ ਲੀਗਲ ਪ੍ਰੋਸੈਸ ਫੋਲੋ ਕੀਤਾ ਗਿਆ, ਨੋਟਿਸ ਦਿੱਤੇ ਗਏ ਨੇ, ਵਾਰ ਵਾਰ ਲੋਕਾਂ ਨੂੰ ਬੁਲਾਇਆ ਗਿਆ ਆਪਣਾ ਜਵਾਬ ਦੇਣ ਲਈ, ਲੇਕਿਨ ਉਹ ਜਵਾਬ ਨਾ ਮਿਲਣ ਦੀ ਹਾਲਤ ਕਰਕੇ ਇਹ ਪ੍ਰੋਸੈਸ ਜਿਹੜਾ ਸ਼ੁਰੂ ਕਰਤਾ। ਆਪਾਂ ਹਰ ਬੰਦੇ ਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ, ਕੁਝ ਬੰਦਿਆਂ ਨਾਲ ਮੀਟਿੰਗ ਵੀ ਹੋਈ ਹੈ, ਕੁਝ ਲੋਕਾਂ ਨੇ ਹਟਾਈ ਵੀ ਹੈ, ਇਟ ਮੀਨਸ ਸਾਰਿਆਂ ਨੂੰ ਕਨਵੇ ਹੋਇਆ। ਸਰ, ਇਹਨਾਂ ਦਾ ਕਹਿਣਾ ਵੀ ਜਿਹੜੀ ਆਪਣੇ ਇਹ ਗ੍ਰੀਨ ਬੈਲਟ 2.5 ਫੁੱਟ ਤੱਕ ਅਲਾਊਡ ਹੁੰਦੀ ਹੈ, ਉਸ ਤੋਂ ਬਾਅਦ ਜਿੱਥੇ ਅਧਿਕਾਰਿਤ ਗ੍ਰੀਨ ਬੈਲਟ ਹੋਵੇ ਉਹੀ ਹਟਾ ਸਕਦੇ, ਉਹੀ ਆਪਾਂ ਲਗਾ ਸਕਦੇ ਹਾਂ। ਅਧਿਕਾਰਿਤ ਗ੍ਰੀਨ ਬੈਲਟ ਆਪਾਂ ਕੋਈ ਨਹੀਂ ਖੇਡ ਰਹੇ, ਜਿੱਥੇ ਨਜਾਇਜ਼ ਤੌਰ 'ਤੇ ਵਾਧਾ ਕੀਤਾ ਗਿਆ ਉੱਥੇ ਆਪਾਂ ਖੇਡ ਰਹੇ। ਟੋਟਲ 240 ਨੋਟਿਸ ਦਿੱਤੇ ਗਏ ਸਨ, ਬਹੁਤ ਸਾਰੇ ਲੋਕਾਂ ਨੇ ਸਾਡੀ ਉਹ ਰਿਕੁਐਸਟ ਨੂੰ ਮੰਨ ਲਿਆ, ਬਹੁਤ ਸਾਰੇ ਲੋਕਾਂ ਨੇ ਸਾਡੇ ਜਿਹੜੇ ਬੇਨਤੀਆਂ ਸੀ ਕਬੂਲ ਕਰ ਲਈਆਂ, ਆਪਾਂ ਉਹ ਨਹੀਂ ਖੇਡ ਰਹੇ, ਲੇਕਿਨ ਜਿਹੜਾ ਲੋਕਾਂ ਨੇ ਹਾਲ ਤੱਕ ਵੀ ਸਾਡੀ ਬੇਨਤੀ ਨਹੀਂ ਮੰਨੀ, ਸਾਨੂੰ ਮਜਬੂਰਨ ਹਟਾਉਣਾ ਪੈ ਰਿਹਾ। ਥੈਂਕ ਯੂ।